ਮਲੇਰਕੋਟਲਾ ਨਜ਼ਦੀਕ ਵੱਡਾ ਘੱਲੂਘਾਰਾ ਕਲੱਬ ਰੋਹੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਗੁਰਦੁਆਰਾ ਵਿਖੇ ਗਰੀਬ ਤੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਗਏ ਅਤੇ ਉਹਨਾਂ ਲਈ ਘਰੇਲੂ ਸਮਾਨ ਵੀ ਦਿੱਤਾ ਗਿਆ। ਇਹਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ, ਸੋ ਮੈਂ ਸਮਝਦਾ ਇੱਕ ਗਰੀਬ ਪਰਿਵਾਰਾਂ ਨੂੰ ਜੋ ਅੱਜ ਆਰਥਿਕ ਤੰਗੀ ਵਿੱਚ ਦੀ ਗੁਜ਼ਰਦੇ ਹੋਏ ਬੜੇ ਮੁਸ਼ਕਿਲ ਦੇ ਦੌਰ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਇੱਥੇ ਬੜੇ ਗੁਰਮਰਿਆਦਾ ਅਨੁਸਾਰ ਸਾਰੇ ਪਰਿਵਾਰਾਂ ਦੀ ਆਸ਼ੀਰਵਾਦ ਨਾਲ, ਸ਼ਰਧਾ ਔਰ ਸਤਿਕਾਰ ਨਾਲ ਇਹ ਸੰਸਥਾ ਵੱਲੋਂ ਕੀਤੇ ਗਏ ਨੇ। ਸੋ ਮੈਂ ਸਮਝਦਾ ਕਿ ਬਹੁਤ ਹੀ ਉੱਤਮ ਕਾਰਜ ਇਸ ਸੰਸਥਾ ਵੱਲੋਂ ਕੀਤਾ ਗਿਆ ਅਤੇ ਸਿੱਖਾਂ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਪੁਰਾਣੀ ਇਤਿਹਾਸਿਕ ਜਗ੍ਹਾ, ਇਸ ਜਗ੍ਹਾ ਦੇ ਉੱਤੇ ਅੱਜ ਜੋ ਕਿ 5 ਲੋੜਵੰਦ ਕੰਨਿਆਵਾਂ ਦਾ ਵਿਆਹ ਹੋ ਰਿਹਾ, ਅੱਜ ਹੀ ਨਹੀਂ ਸਾਲਾਂ ਦਰ 47 ਵਿਆਹ ਪਹਿਲਾਂ ਵੀ ਹੋ ਚੁੱਕੇ ਨੇ। ਹਰ ਇੱਕ ਸਾਲ ਤਕਰੀਬਨ 5 ਵਿਆਹ ਹੋ ਜਾਂਦੇ ਹਨ, ਪਿਛਲੇ ਸਾਲਾਂ ਦੇ ਵਿੱਚ ਵੀ ਹੁੰਦੇ ਰਹੇ ਨੇ ਅਤੇ ਕੁਛ ਰੋਜੇ ਹੋਣ ਕਰਕੇ, ਮੁਸਲਮਾਨ ਵੀਰਾਂ ਦੇ ਜੋ ਰੋਜੇ ਹੁੰਦੇ ਹਨ ਉਹਦੇ ਹੋਣ ਕਰਕੇ ਨਿਕਾਹ ਨਹੀਂ ਕੀਤੇ ਗਏ। ਸਾਨੂੰ ਪਤਾ ਨਹੀਂ ਸੀਗਾ ਡੇਟ ਦਾ, ਇਸ ਕਰਕੇ ਨਹੀਂ ਤਾਂ ਤਕਰੀਬਨ 2-3 ਨਿਕਾਹ ਜ਼ਰੂਰ ਹੀ ਹੁੰਦੇ ਹਨ। ਇਸ ਗੱਲ ਦੀ ਅਸੀਂ ਮਾਫ਼ੀ ਵੀ ਚਾਹੁੰਦੇ, ਸਾਨੂੰ ਇਸ ਤਰੀਕ ਦਾ ਪਤਾ ਨਹੀਂ ਸੀ ਰੋਜਿਆਂ ਦਾ। ਹਾਂਜੀ, ਅੱਗੇ ਤੋਂ ਇਸ ਚੀਜ਼ ਦਾ ਵੀ ਬਹੁਤ ਧਿਆਨ ਰੱਖਿਆ ਜਾਊਗਾ। ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਰਟ, ਚੈਨਲ 2।